100 ਮਣ ਗੱਲ ਕਹਿਤਾ ਦਿੱਤੀ, ਬਹੁਤ ਵੱਡੀ ਗੱਲ ਹੈ ਇਹ। ਝੋਨਾ ਨਹੀਂ ਹੁੰਦਾ ਆਪਣੇ, ਝੋਨਾ ਨਹੀਂ ਹੁੰਦਾ ਪੰਜਾਬ 'ਚ 100 ਮਣ। ਮੈਂ 100 ਮਣ ਤੋਂ ਉੱਤੇ ਚਾੜ ਲਿਆ। ਜਿੰਨਾ ਤੁਸੀਂ 1 ਮਹੀਨੇ ਦੇ ਵਿੱਚ ਉਹਦੀ ਜ਼ਿਆਦਾ ਫਟਾਰਾ ਕਰਾ ਲਓਗੇ, 1 ਕਿਲੋ 450-450 ਗ੍ਰਾਮ ਨਾਲ ਕਿੱਲਾ ਬੀਜਦਾ ਸੀ ਤੇ ਗੱਲ ਬਾਲੀ ਵੱਡੀ ਕਰ ਦਿੰਦਾ। ਨਹੀਂ ਗੱਲ ਤੋਂ ਕਰਕੇ ਦੇਖੋ, ਕਣਕ ਦੀ ਜੜ ਕਿੰਨੀ ਡੂੰਘੀ ਜਾਂਦੀ ਹੈ ਮੈਕਸਿਮਮ। ਅਸੀਂ ਤਾਂ 6-7 ਇੰਚ ਤੋਂ ਖੜੇ ਆ ਬਸ ਲੋਕ। ਹਾਂ ਇਹ 6 ਤੋਂ 7 ਫੁੱਟ ਤੱਕ ਡੂੰਘੀ ਜਾਂਦੀ। ਵੱਡੀ ਧਰਤੀ 'ਚ ਤੇ ਰਾਜਸਥਾਨ ਦੀ ਧਰਤੀ 'ਚ ਕੀ ਫਰਕ ਹੈ? ਇਹਦੀ ਗੋਦੀ 'ਚ ਸਾਂਭ ਦਿਓ, ਝਾੜ ਵੱਧ ਦੇਣ ਲੱਗ ਜੂ। ਐਡੇ ਐਡੇ ਜੰਗਲ ਆਪਦੀ ਹਿੱਕ ਤੇ ਸਾਰੀ ਬੈਠੀ ਹੈ। ਐਡੇ ਐਡੇ ਜੰਗਲ, ਇੰਨਾ ਫਰੂਟ ਲੱਗਦਾ, ਕੌਣ ਪਾਣੀ ਦੇ ਕੇ ਆਉਂਦਾ? ਕੋਈ ਨਹੀਂ। ਐਮਾਜ਼ਨ ਦੇ ਜੰਗਲ ਬਹੁਤ ਤੇ ਕਹਿੰਦਾ ਅੱਗ ਲਾਈ ਹੋਈ ਚੰਗੀ ਆ, ਸਵਾਹ 'ਚ ਵੀ ਤੱਤ ਹੁੰਦੇ ਨੇ। ਇੱਕ ਅਸੀਂ ਆ ਬੰਨ ਕੇ ਬਾਹਰ ਨੂੰ ਭੇਜਣ ਲੱਗ ਗਏ, ਵਿੱਚੋਂ ਪਰਾਲੀ ਬੰਨ ਕੇ ਬਾਹਰ ਤੋਂ 25 ਲੱਖ ਦੀ ਇੱਕ ਜੰਗਲ 'ਚੋਂ ਚੁਗ ਲਿਆ। 1 ਕਿੱਲੇ ਦਾ ਮੁੱਲ ਕਿੰਨੇ ਦਾ ਕਰਨਾ? ਉਹ ਇੰਨਾ ਖਰਚਾ ਨਹੀਂ ਕਰਦਾ। ਮੈਂ ਆਲੂਆਂ ਦੇ ਵਿੱਚ ਮੈਂ ਲਿਖ ਕੇ ਦੇ ਦੇਣਾ ਤੁਹਾਨੂੰ, 100 ਗੱਟਾ ਵੱਧ ਨਿਕਲਦਾ। ਇੱਕ ਤੇ ਝੋਨਾ ਦੋਨੇ ਫਸਲਾਂ ਜੇ ਆਪਾਂ ਬੀਜਦੇ ਹਾਂ, ਦੋ ਫਸਲਾਂ, ਹਾਂਜੀ, 13 ਕੁਇੰਟਲ ਤੱਕ ਪੋਟਾਸ਼ ਜ਼ਮੀਨ 'ਚੋਂ ਖਾਂਦੇ ਆ। ਵੀ ਜੇ ਜ਼ਮੀਨ 'ਚੋਂ ਤੁਸੀਂ ਪੋਟਾਸ਼ ਖਤਮ ਕਰ ਲਈ, ਇੰਨੀ ਦਿੱਤੀ ਨਹੀਂ ਜਾਣੀ, ਕੋਈ ਫਸਲ ਹੀ ਨਹੀਂ ਹੋਣੀ। 13 ਕੁਇੰਟਲ 26 ਬੋਰੀਆਂ ਕਿਹੜਾ ਕਿਸਾਨ ਹੈ ਜਿਹੜਾ 1 ਸਾਲ ਦੇ ਵਿੱਚ ਪੋਟਾਸ਼ ਪਾ ਕੇ ਜ਼ਮੀਨ ਦਾ ਖਰਚਾ ਪੂਰਾ ਕਰ ਲਊ? ਮਲੰਗ ਕਰ ਦੂੰ, ਨਹੀਂ ਕਰ ਸਕਦਾ। ਚੰਡੀਗੜ੍ਹ ਮੋਹਾਲੀ ਏਰੀਆ ਦੇ ਵਿੱਚ ਬੈਠਿਆ ਤੇ ਅੱਜ ਆਪਣੇ ਨਾਲ ਬਹੁਤ ਐਕਸਪਰਟ ਕਿਸਾਨ ਨੇ। ਇੱਕ ਜਿਵੇਂ ਤੁਸੀਂ ਬਾਈ ਨੂੰ ਤਾਂ ਜਾਣਦੇ ਹੋ ਵੀ ਕਿੰਨੀ ਕਹਣਾ ਇਹਨਾਂ ਦੀ ਗੱਲਬਾਤ ਹੈ, ਇਹ ਆਪਣੇ ਆਪ ਤੋਂ ਵੀ ਜਿਨ੍ਹਾਂ ਨੂੰ ਉੱਪਰ ਮੰਨਦੇ ਨੇ ਵੀ ਪੰਜਾਬ ਦੇ ਵਿੱਚ ਆਪਾਂ ਜਿਹੜੇ ਟੌਪ 5 ਦੇ ਵਿੱਚ ਹੀ ਕਹਿ ਸਕਦੇ ਵੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੌਲੇਜ ਹੈ, ਯੂਨੀਵਰਸਿਟੀ ਤੱਕ ਨੂੰ ਸਲਾਹਾਂ ਦਿੰਦੇ ਨੇ, ਜਿਹੜੇ ਜਿਨ੍ਹਾਂ ਦੀਆਂ ਸਿਫਾਰਸ਼ਾਂ ਕਿਤਾਬਾਂ ਦੇ ਵਿੱਚ ਵੀ ਲੱਗਦੀਆਂ ਨੇ, ਤੇ ਉਹਨਾਂ ਦੇ ਨਾਲ ਅੱਜ ਕਣਕ ਦੇ ਸੀਜ਼ਨ ਨੂੰ ਲੈ ਕੇ ਵੀ, ਕਣਕ ਦੇ ਆਉਣ ਵਾਲੇ ਫਿਊਚਰ ਨੂੰ ਲੈ ਕੇ ਗੱਲਬਾਤ ਕਰਨ ਜਾ ਰਹੇ ਹਾਂ ਵੀ ਆਪਾਂ ਕੀ ਸੌਦਾ ਕਰ ਸਕਦੇ, ਕਿਵੇਂ ਝਾੜ ਨੂੰ ਵਧਾ ਸਕਦੇ ਹਾਂ। ਉਹਨਾਂ ਦੇ ਨਾਲ ਅੱਜ ਇੱਕ ਸਿਰਫ ਜਾਣਕਾਰੀ ਲਈ ਵੀਡੀਓ ਲੈ ਕੇ ਆਇਆ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ, ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਛਾ ਗਰਗ ਸਾਹਿਬ, ਇੱਕ ਇਹ ਦੱਸੋ ਵੀ ਤੁਸੀਂ ਲੰਬਾ ਸਮਾਂ ਖੇਤੀ ਨਾਲ ਜੁੜੇ ਰਹੇ ਹੋ, ਹੈ ਨਾ? ਹਾਂਜੀ। ਹੁਣ 1-2 ਸਾਲ ਦੇ ਤੁਸੀਂ ਪਿੱਛੇ ਹਟੇ ਹੋ, ਇੱਧਰ ਨੂੰ ਆਉਣ ਕਰਕੇ? ਨਹੀਂ, ਖੇਤੀ ਨਾਲੋਂ ਤਾਂ ਨਹੀਂ ਟੁੱਟਿਆ, ਚਲੋ ਲਾਈਨ ਚੇਂਜ ਕਰ ਲਈ, ਬੱਚਿਆਂ ਨੂੰ ਪੜ੍ਹਾਉਣ ਲਈ ਇੱਥੇ, ਪੜ੍ਹਾਉਣ ਲਈ ਇੱਥੇ ਆ ਗਏ, ਹੈ ਨਾ? ਹਾਂਜੀ ਹਾਂਜੀ। ਜਿਹੜੀਆਂ ਕਣਕ ਦੀਆਂ ਵੈਰਾਈਟੀਆਂ ਨੇ, ਜਿਵੇਂ ਤੁਸੀਂ ਬਚਪਨ 'ਚ ਦੇਖਿਆ ਹੋਊਗਾ ਵੀ 18-15-16 ਕੁਇੰਟਲ ਨੂੰ ਆਪਾਂ ਮੰਨਦੇ ਹੁੰਦੇ ਹਾਂ, ਹੈ ਨਾ? ਹਾਂਜੀ। ਹੁਣ ਆਪਾਂ 15-16 ਕੁਇੰਟਲ ਤੋਂ 24-25-26-30 ਕੁਇੰਟਲ ਤੱਕ ਜਾਣ ਵਾਲੇ ਹੋ, ਝਾੜ ਟੱਚ ਕਰ ਗਏ ਤੀ, ਹੈ ਨਾ? ਨਹੀਂ ਜੀ, ਜੇ ਟੱਚ ਕਰੀਏ ਮੰਨੀਏ ਤਾਂ ਆਪਾਂ 100 ਮਣ ਟੱਚ ਟੱਪ ਚੁੱਕੇ ਹਾਂ ਜੀ ਕਣਕ ਦਾ ਝਾੜ। DVW 187 ਵੈਰਾਈਟੀ ਹੈ ਜਿਹੜੀ, ਹਾਂਜੀ। ਤੇ ਉਹਦੇ ਵਾਸਤੇ ਇੱਕ ਬਿਹਾਰ ਦੀ ਕਿਸਾਨ ਸੀ, ਹਾਂਜੀ, ਔਰਤ ਜੀ, ਉਹਨੇ 100 ਮਣ ਤੋਂ ਉੱਤੇ ਝਾੜ ਲਿਆ। ਉਹ ਤਾਂ ਕਰ ਉਹ ਰੈਂਟਾ ਜੀ ਕਿੱਦਾਂ ਉਹਦੀ ਪ੍ਰੈਕਟਿਸ? ਉਹਦੀ ਪ੍ਰੈਕਟਿਸ ਇਹ ਹੁੰਦੀ ਹੈ ਜੀ, ਜਿਹੜੀਆਂ SWI ਟੈਕਨੀਕ ਵਗੈਰਾ ਨਾਲ ਨਾ ਥੋੜੀ ਜੀ ਛਿੱਦੀ ਕਣਕ ਬੀਜ ਕੇ ਪ੍ਰੈਕਟਿਸਸ ਦੇ ਵਿੱਚ ਉਹਨੂੰ ਅਗੇਤੀਆਂ ਜ਼ਿਆਦਾ ਪ੍ਰੈਕਟਿਸਾਂ ਦੇ ਕੇ, ਜਿੰਨਾ ਤੁਸੀਂ 1 ਮਹੀਨੇ ਦੇ ਵਿੱਚ ਉਹਦੀ ਜ਼ਿਆਦਾ ਫਟਾਰਾ ਕਰਾ ਲਓਗੇ, ਉਹਦੇ ਵਿੱਚ ਕੀ ਹੁੰਦਾ, ਇਫੈਕਟਿਵ ਤੇ ਨੌਨ ਇਫੈਕਟਿਵ ਟੇਲਰ ਹੁੰਦੇ ਨੇ ਜੀ, ਅਸਰਦਾਰ ਤੇ ਬੇਅਸਰਦਾਰ ਜਿਹੜੀਆਂ ਕਣਕ ਦੀਆਂ ਸ਼ਾਖਾਵਾਂ ਹੁੰਦੀਆਂ, ਮਤਲਬ ਜਿਹੜੀਆਂ ਬੇਅਸਰਦਾਰ ਹੁੰਦੀਆਂ ਉਹਨਾਂ ਦੀ ਤਾਂ ਤੂੜੀ ਬਣਦੀ ਆ, ਪਰਾਲੀ ਬਣਦੀ ਆ, ਉਹਦੇ ਵਿੱਚੋਂ ਬੱਲੀ ਨਹੀਂ ਨਿਕਲਦੀ। ਅੱਛਾ, ਉਹ ਥੱਲੇ ਫੂਸ ਹੀ ਬਣਦਾ। ਹਾਂ, ਜਿੰਨੀ ਜਲਦੀ ਤੁਸੀਂ ਇਫੈਕਟਿਵ ਟੇਲਰ ਲਿਆਓਗੇ, ਪਹਿਲੇ 28 ਦਿਨਾਂ 'ਚ 30 ਦਿਨਾਂ 'ਚ, ਜਿੰਨਾ ਜ਼ਿਆਦਾ ਉਹਦਾ ਆਪਣਾ ਪੰਜਾਬੀ 'ਚ ਆਪਾਂ ਕਹਿੰਦੇ ਬੂਝਾ ਮਾਰਜੂ, ਜਿੰਨਾ ਵੱਧ ਬੂਝਾ ਮਾਰਜੂ, ਹਾਂ, ਜਿੱਥੇ ਵੱਧ ਫਟਾਰਾ ਹੋਊਗਾ ਉਹਦੇ 'ਚੋਂ ਇਫੈਕਟਿਵ ਟੇਲਰ ਆਉਂਦੇ ਆ ਬਾਹਰ ਜੀ, ਉਸੇ ਦਾ ਝਾੜ ਹੁੰਦਾ। ਉਹਨਾਂ ਦੀ ਫਿਰ ਅੱਗੇ ਟ੍ਰਾਂਸਪਲਾਂਟ ਕਰਨੀ ਵੀ? ਨਹੀਂ, ਉੱਥੇ ਨਹੀਂ, ਥੋੜੀ ਛਿੱਦੀ ਵੀ ਜਿਹੜੀ ਇਹ ਜਿਹੜੀ ਤੁਸੀਂ ਵੈਰਾਈਟੀ ਦੱਸ ਰਹੇ ਹੋ, ਆ ਵਿਧੀ ਦੱਸ ਰਹੇ ਹੋ, ਇਹ ਵੱਟਾਂ ਤੇ ਕਾਮਯਾਬ, ਕਪੰਦਰੇ ਬਾਹਣ ਚ ਵੀ ਕਾਮਯਾਬ, ਚਾਰੇ ਪਾਸੇ ਬੂਟੇ ਨੂੰ ਅੱਛਾ ਫੈਲਣ ਦਾ ਮਾਹੌਲ ਚਾਹੀਦਾ। ਓਕੇ, ਮਿੱਟੀ ਪੋਲੀ ਹੋਊਗੀ ਜਿਵੇਂ ਬੈਡਾਂ ਤੇ ਹੋਊਗੀ, ਮਿੱਟੀ ਨਰਮ ਹੋਊਗੀ ਤਾਂ ਬੂਟਾ ਆਟੋਮੈਟਿਕ ਵੱਧ ਫੈਲਦਾ ਜੀ, ਉੱਥੇ ਵਧੀਆ ਝਾੜ ਦਿੰਦਾ। ਰੇਟਾ ਜੀ, 100 ਮਣ ਗੱਲ ਕਹਿਤਾ ਦਿੱਤੀ, ਬਹੁਤ ਵੱਡੀ ਗੱਲ ਹੈ ਇਹ। ਝੋਨਾ ਨਹੀਂ ਹੁੰਦਾ ਆਪਣੇ, ਝੋਨਾ ਨਹੀਂ ਹੁੰਦਾ ਪੰਜਾਬ 'ਚ 100 ਮਣ? ਨਹੀਂ ਜੀ, ਨਹੀਂ, ਕਰਨਾ ਹੋਵੇ ਸਰੋਂ ਵੀ 100 ਮਣ ਹੋ ਜਾਂਦੀ ਹੈ ਯਾਰ। ਰੇਟੇ ਆਹ ਕੀ ਗੱਲ ਕੱਢ ਮਾਰੀ? ਮੈਂ ਕਹੀ ਜਾਂਦਾ ਨਾ ਉਹਨੂੰ ਕਰੋ, ਸਾਨੂੰ ਤਾਂ ਯਾਰ 10 ਕੁਇੰਟਲ ਦੇ ਬ੍ਰੇਕ ਲੱਗ ਜਾਂਦੀ ਪੰਜਾਬ 'ਚ, ਗੱਲ ਮੰਨ ਗਿਆ ਮੈਂ, ਕਹਿੰਦਾ 11-12 ਕੁਇੰਟਲ ਦੇ ਹੱਦ ਆ, 25 ਮਣ ਹੋ ਗਏ ਨਾ, 4 ਗੁਣਾ ਕਹਿ ਰਿਹਾ, ਠੀਕ ਹੈ ਨਾ? ਹਾਂ, ਮੈਂ ਤੁਹਾਨੂੰ 3-4 ਗੁਣਾ ਤਾਂ ਕਹਿ ਦਾਂ ਵੀ ਹੋ ਸਕਦਾ, ਇਹ ਜ਼ਮੀਨ ਹੈ ਨਾ ਜਿਹੜੀ ਸਾਡੀ ਧਰਤੀ ਹੈ। ਤੁਸੀਂ ਇੱਕ ਚੀਜ਼ ਦੇਖੋ, ਜਿਹੜਾ ਆਹ ਕੱਪੜਾ ਪਾਇਆ, ਆਹ ਮੇਰੇ ਚੱਪਲ ਪਾਈ ਹੈ, ਆਹ ਤੁਹਾਡੇ ਹੱਥ 'ਚ ਚਾਬੀ ਹੈ, ਇਹ ਕਿੱਥੋਂ ਆਉਂਦੀਆਂ ਸਾਰੀਆਂ ਚੀਜ਼ਾਂ? ਇਸੇ ਜ਼ਮੀਨ 'ਚੋਂ, ਇਸੇ ਜ਼ਮੀਨ 'ਚੋਂ ਆਉਂਦੀਆਂ ਨੇ। ਕੋਈ ਸ਼ੱਕ ਜਿਹੜੀ ਜ਼ਮੀਨ ਲੋਹਾ ਦੇ ਸਕਦੀ ਹੈ, ਸਿਉਣਾ ਦੇ ਸਕਦੀ, ਸਿਉਣਾ ਦੇ ਸਕਦੀ ਹੈ, ਉਹ ਕੀ ਨਹੀਂ ਦੇਊ?
हर चीज आ सकती है, इनू मिट्टी नू इनू जमीन नू समझना पड़ेगा। एक जिहड़ी तुसी SWI तकनीक, ये मतलब कि मिट्टी दी जिहड़ी साइंस आ गई, हां वो समझनी पैणी। हां मिट्टी है, इहदे विच जिन्ने आपां छिड़कदे आ ना फसलां दे उत्ते रसायनिक खादां जां होर सोरियां इत्थे ही ने, इहदे विच पईआं थल्ले। अच्छा तुसी एक गल दसो ਵੀ ਤੁਸੀਂ ਪੁਰਾਣੀ ਕਿਸਾਨੀ ਕਰਦੇ ਹੋ, ਕਣਕ ਦੀ ਜੜ ਕਿੰਨੀ ਡੂੰਘੀ ਜਾਂਦੀ ਹੈ ਮੈਕਸਿਮਮ? ਅਸੀਂ ਤਾਂ 6-7 ਇੰਚ ਤੋਂ ਖੜੇ ਹਾਂ ਬਸ ਲੋਕ। ਹਾਂ ਇਹ 6 ਤੋਂ 7 ਫੁੱਟ ਤੱਕ ਡੂੰਘੀ ਜਾਂਦੀ। ਅੱਛਾ 6 ਤੋਂ 7 ਫੁੱਟ ਇੰਨਾ ਰੂਟ ਗਾਹ ਲੰਘ ਜਾਂਦਾ ਜੀ, ਇੰਨਾ ਰੂਟ ਅੱਗੇ ਲੰਘਦਾ ਜੀ ਇਹਦਾ। ਅੱਛਾ ਜਿਹੜਾ ਆਪਾਂ ਕਿਸੇ ਸਾਇੰਸਦਾਨ ਨੇ ਤਾਂ ਲਿਖਿਆ ਨਹੀਂ ਅਜ ਤੱਕ, ਨਹੀਂ ਲਿਖਿਆ, ਦੇਖਣਾ ਪੈਂਦਾ। ਹੁਣ ਕਣਕ ਆਪਾਂ ਬੀਜਦੇ ਹਾਂ ਜੀ, ਹਾਂ ਝੋਨਾ ਆਪਾਂ ਬੀਜਦੇ ਹਾਂ, ਹਾਂਜੀ ਆਪਾਂ ਨਾੜ ਨੂੰ ਦੋਨਾਂ ਦੇ ਨੂੰ ਅੱਗ ਲਾਉਣੀ ਹੈ। ਹਾਂ ਸਾਡੀ ਧਰਤੀ ਚ ਤੇ ਰਾਜਸਥਾਨ ਦੀ ਧਰਤੀ ਚ ਕੀ ਫਰਕ ਹੈ? ਉੱਥੇ ਜੜਾਂ ਹੈ ਨਹੀਂ ਜ਼ਮੀਨ ਚ, ਉਹਨਾਂ ਨੂੰ ਬੰਨ ਕੇ ਰੱਖਣ ਵਾਸਤੇ ਜੈਵਿਕ ਮਾਦਾ ਹੈ ਨਹੀਂਗਾ। ਬਿਲਕੁਲ ਓਕੇ, ਇਹ ਤਾਂ ਕੁਦਰਤ ਲਾ ਲਓ ਵੀ ਕੁਦਰਤ ਫੇਰ ਵੀ ਉਹਨੂੰ ਜੜਾਂ ਨੂੰ ਬਚਾਈ ਬੈਠੀ ਹੈ, ਜਿਹੜੀ ਆਪਣੀ ਜ਼ਮੀਨ ਬਚੀ ਪਈ ਹੈ। ਜਿਵੇਂ ਆਪਣੇ ਅੱਗ ਲਾਉਂਦੇ ਆ, ਜੇ ਕਿਤੇ ਉਹ ਵੀ ਮੱਚ ਜਾਣ ਫੇਰ ਰੇਤਾ ਰਾਜਸਥਾਨ ਬਣ ਗਿਆ, ਰੇਤਾ ਬਣ ਗਿਆ, ਰੇਤਾ ਬਣ ਗਿਆ। ਉਹ ਫਰਕ ਹੀ ਇਹ ਹੈ ਜੀ, ਇਹ ਤਾਂ ਕਹਿ ਕਹੀਏ ਵੀ ਕੁਦਰਤ ਦੀ ਦੇਣ ਆ ਪੰਜਾਬ, ਕੁਦਰਤ ਦੀ ਦੇਣ ਆ ਬਹੁਤ ਪੰਜਾਬ ਨੂੰ, ਪੰਜਾਬ ਨੂੰ ਸਾਰੇ ਖਿੱਤੇ ਨੂੰ, ਇਕੱਲੇ ਪੰਜਾਬ ਨੂੰ ਨਹੀਂ ਕਹਿ ਸਕਦਾ। ਪੰਜਾਬ ਦੇ ਵਿੱਚ ਇਹ ਫਰਕ ਹੈ ਵੀ ਪੰਜਾਬ ਥੋੜਾ ਜਿਹਾ ਪਹਿਲਾਂ ਸੋਝੀ ਲੈ ਗਿਆ ਫਸਲਾਂ ਦੇ ਬਾਰੇ, ਜ਼ਮੀਨ ਬਾਰੇ। ਠੀਕ ਹੈ ਨਾ, ਆਪਣੇ ਨਾਲੋਂ ਵੱਧ ਫਰਟਾਈਲ ਜ਼ਮੀਨਾਂ ਯੂਪੀ ਚ, ਮੱਧ ਪ੍ਰਦੇਸ਼ ਚ ਪਈਆਂ ਬਹੁਤ। ਹੁਣ ਤਾਂ ਉੱਧਰ ਵੀ ਫਸਲ ਕ੍ਰਾਂਤੀ ਆ ਗਈ ਪੂਰੀ ਵੀ ਪਈਆਂ, ਪਰ ਆਪਣੇ ਥੋੜੀ ਜਿਹੀ ਪਹਿਲਾਂ ਕਿਸਾਨ ਉੱਦਮੀ ਕਿਸਾਨ ਸੀਗੇ ਪੰਜਾਬ ਦੇ, ਇਹ ਥੋੜਾ ਜਿਹਾ ਪਹਿਲਾਂ ਸੋਝੀ ਲੈ ਕੇ ਆਪਾਂ ਜ਼ਮੀਨ ਨੂੰ ਸੰਭਾਲ ਕੇ। ਤੇ ਇੱਕ ਜਿਹੜੀ ਤੁਸੀਂ ਤਕਨੀਕ ਦੱਸੀ ਆ SWI ਸੋਇੰਗ ਆਫ ਵੀਟ ਇੰਟੀਗ੍ਰੇਸ਼ਨ, ਹਾਂ ਇੰਟੀਗ੍ਰੇਸ਼ਨ, ਹਾਂਜੀ ਹਾਂਜੀ, ਇਹਦੇ ਵਿੱਚ ਜਿਵੇਂ ਤੁਸੀਂ 40 ਕੁਇੰਟਲ ਤੱਕ ਝਾੜ ਦੀ ਗੱਲ ਕੀਤੀ ਆ, 100 ਮਣ ਪਲੱਸ ਕੀਤਾ ਹਾਂਜੀ ਕਿਸੇ ਔਰਤ ਨੇ, ਉਹਦੇ ਵਿੱਚ ਫਿਰ ਸੀਡ ਦੀ ਮਾਤਰਾ ਕਿੰਨੀ ਪੈਂਦੀ ਆ ਪਰ ਏਕੜ? ਪਰ ਏਕੜ ਜੀ ਮੈਂ ਜਿਹੜੀ ਆਪਦੀ ਉਹਨੇ ਕਿੰਨੀ ਪਾਈ ਸੀ ਪਤਾ ਹੋਵੇ? 4 ਸਾਲ ਪਹਿਲਾਂ ਮੈਂ ਜਿਹੜੀ ਲਾਈ ਸੀਗੀ SWI ਦੀ ਤਕਨੀਕ ਨਾਲ 303 ਦਾ ਬੀਜ ਪੈਦਾ ਕਰਨ, DBW 303 ਦਾ ਬੀਜ ਪੈਦਾ ਕੀਤਾ ਸੀ ਜੀ। ਮੈਂ 1 ਕਿਲੋ 450 ਗ੍ਰਾਮ ਨਾਲ ਕਿੱਲਾ ਬੀਜ, 450 ਗ੍ਰਾਮ ਮੰਨ ਲਾ ਯਾਰ, ਆਪਾਂ ਤਾਂ ਗੱਲ ਕਰਦੇ ਆ 1.5 ਕਿਲੋ ਦੀ, ਜਿਨ੍ਹਾਂ ਨੇ 1400 ਗ੍ਰਾਮ ਨੂੰ ਸਮਝਣਾ ਤੇ ਉਹ ਹੈ ਨਹੀਂ ਕੋਈ ਇੱਥੇ। ਹਾਂਜੀ 1.5 ਕਿਲੋ ਨਾਲ ਕਿੱਲਾ ਲਾਤਾ ਤੁਸੀਂ? ਹਾਂ ਆਪਾਂ 10 ਕਿਲੋ ਵਾਲੀ ਵੀਡੀਓ ਪਾਈ ਸੀ, ਉਹਤੇ ਵੀ ਕਮੈਂਟ ਆਏ ਸੀ ਵੀ ਗੱਪ ਮੇਰੇ ਕੋਲੇ, ਆ ਦੇਖੋ ਬਾਈ 1.5 ਕਿਲੋ ਵਾਲਾ ਵੀ ਕਿਸਾਨ ਮਿਲ ਗਿਆ, ਮਤਲਬ 20 ਕਿਲੋ ਕਣਕ ਸੀ ਹਾਂਜੀ, ਮੈਂ 9 ਕਿੱਲਿਆਂ ਤੋਂ ਉੱਤੇ ਰਕਬਾ ਵੀ ਗਿਆ ਨਹੀਂ। 1.5 ਕਿਲੋ ਨਾਲ ਕਿੱਲਾ ਲਾਤਾ DBW 303 ਦਾ ਜਿਹਦੀ ਕ੍ਰਾਂਤੀ ਆਈ ਅੱਜ ਤੋਂ 3 ਸਾਲ ਪਹਿਲਾਂ, ਪੰਜ ਸਾਲ ਪਹਿਲਾਂ 2019 ਦੀ ਗੱਲ ਹੈ, ਸੋਰੀ 19 ਦੀ ਗੱਲ ਹੈ, 19 ਦੇ ਵਿੱਚ ਕਰੋਨਾ ਤੋਂ 1 ਸਾਲ ਪਹਿਲਾਂ ਤੁਸੀਂ 1.5 ਕਿਲੋ ਨਾਲ ਕਿੱਲਾ ਲਾਇਆ ਤੇ ਝਾੜ ਕਿੰਨਾ ਆਇਆ ਸੀ ਫਿਰ? 303 ਨੂੰ ਬਹੁਤੇ ਚੰਗਾ ਕਹਿੰਦੇ ਨੇ, ਬਹੁਤੇ ਮਾੜਾ ਝਾੜ, ਕੁਛ ਪ੍ਰੈਕਟਿਸਾਂ ਚ ਫਰਕ ਰਹਿ ਗਿਆ, ਕੁਛ ਜਿਵੇਂ ਉਹ ਨੀਚੇ ਜੜ ਨੂੰ ਸੁੰਡੀ ਪੈ ਗਈ ਸੀ ਹਾਂਜੀ, ਉਸ ਸਾਲ ਵੀ ਮੈਂ ਤਕਰੀਬਨ 19.5 ਕੁਇੰਟਲ ਝਾੜ ਲੈ ਲਿਆ। ਵਾਹ ਜੀ ਵਾਹ, 1.5 ਕਿਲੋ ਵੀ ਨਾਲ 19.5, ਬਹੁਤ ਵੱਡੀ ਗੱਲ। ਹਾਂਜੀ ਰਿੰਟੇ ਗੱਲ ਬਾਲੀ ਵੱਡੀ ਕਰਦਾ ਤੂੰ, ਨਹੀਂ ਗੱਲ ਤੋਂ ਕਰਕੇ ਦੇਖੋ ਦੇਖੋ, ਮੈਂ ਕਹਿੰਦਾ ਮੈਂ ਵੱਡੀ ਗੱਲ ਨਹੀਂ ਕਰਦਾ, ਹਰੇਕ ਕਿਸਾਨ ਕਰ ਸਕਦਾ। ਤੁਸੀਂ ਰੱਸੀ ਮਾਰ ਲਓ, 2 ਮਰਲਿਆਂ ਚ ਕਰ ਲਓ, 1 ਮਰਲੇ ਚ ਕਰ ਲਓ, 4 ਚ ਕਰ ਲਓ, ਆਪਾਂ ਨੂੰ ਕਿੰਨਾ ਟਾਈਮ ਹੋ ਗਿਆ? ਤੇਰੀ ਤਾਂ ਵਿਧੀ ਯਾਰ ਸਾਰੀ, ਫਿਰ ਗੁਰਪ੍ਰੀਤ ਦਬੜੀ ਖਾਣ ਵਾਲੀ, ਉਹ ਵੀ ਇੱਥੇ ਹੀ ਕਹਿੰਦਾ। ਹਾਂ ਉਹਨੂੰ ਸਮਝ ਲਓ ਜੀ, ਮਰਲੇ ਨੂੰ ਸਮਝ ਲਓ, 2 ਮਰਲਿਆਂ ਨੂੰ, ਮਰਲੇ 2 ਮਰਲੇ ਚ ਤੁਸੀਂ ਬਹੁਤ ਢੰਗ ਨਾਲ ਉਹਨੂੰ ਖੇਤੀ ਨੂੰ ਥੋੜਾ, ਕਹਿਣ ਦਾ ਮਤਲਬ ਵੀ ਪ੍ਰੈਕਟੀਕਲੀ ਕਰੇ ਬੰਦਾ। ਹਾਂ ਸਮਝੋ ਉਹਨੂੰ ਜੀ, ਸਾਇੰਸ, ਕਿਉਂਕਿ ਥੋੜੀ ਥਾਂ ਦੇ ਵਿੱਚ ਉਹਨੂੰ ਸਮਝਣਾ ਸੌਖਾ ਹੋ ਜਾਂਦਾ ਹੈ। ਲੈ ਵੀ ਪੰਜਾਬੀ ਉਹ ਮਿੱਟੀ ਨੂੰ ਪੜ੍ਹਨਾ ਪੈਣਾ ਤੁਹਾਨੂੰ, ਬਿਲਕੁਲ ਜੀ, ਖੇਤ ਜਿਹੜਾ ਜੇ ਤੁਸੀਂ ਮਿੱਟੀ ਨੂੰ ਨਹੀਂ ਪੜ੍ਹਦੇ ਤੁਸੀਂ ਫਿਰ ਉਹ 40 ਕੁਇੰਟਲ ਵਾਲਾ ਝਾੜ ਵੀ ਲੈ ਸਕਦੇ। ਹਾਂ ਜਿਹੜੀ ਜ਼ਮੀਨ ਹੈ ਧਰਤੀ ਨੂੰ ਮਾਤਾ ਕਿਹਾ ਹੈ, ਹਾਂ ਜਨਮਦਾਤੀ ਹੈ, ਹਾਂ ਹਾਂ, ਹਰ ਚੀਜ਼ ਨਾਲ ਬਾਬੇ ਨਾਨਕ ਨੇ ਇਹਨੂੰ ਮਾਂ ਦਾ ਦਰਜਾ ਦਿੱਤਾ। ਹਾਂ ਬਸ ਉਹ ਵੈਸੇ ਆਪਣੇ 30 ਕੁਇੰਟਲ ਨੂੰ ਆਪਾਂ ਸਿਰਾ ਕਹਿਤਾ, ਕਿਉਂਕਿ ਆਪਾਂ 27.5 ਕੁਇੰਟਲ ਮੈਂ ਨਿਕਲਦੀ ਦੇਖੀ ਆ ਪਰਚੀਆਂ ਤੇ, 28 ਵੀ ਨਿਕਲਦੀ ਦੇਖੀ ਆ, ਪਰ ਜੇ ਮੈਂ ਗੱਲ ਕਰਦਾ ਵੀਡੀਓ ਦੇ ਵਿੱਚ 30, ਤਾਂ ਉੱਥੇ ਲੋਕ ਕਹਿੰਦੇ ਨੇ ਵੀ 24 ਕੁਇੰਟਲ ਹੱਦ, ਤੇ ਤੁਸੀਂ ਗੱਲ ਕਰਦੇ ਹੋ 40 ਕੁਇੰਟਲ। ਦੇਖੋ ਮੈਂ ਨਾ ਇੱਕ ਆਮ ਗੱਲ ਕਰਦਾ ਹੁੰਦਾ, ਆਪਾਂ ਇੱਕ ਸਿਰਾ ਮੰਨ ਲੈਂਦੇ ਹਾਂ
मैं मेरा बेटा मेरा बेटा है आपा सिरा सौमन मन लिया ऐदू बाद असी जा नहीं सकते पर सानू धरती की काबिलियत दे उत्ते शक नहीं करना चाहिए ऐदू भी वध दे सकदी जी इन्नी काबिल है रिकॉर्ड तोड़े ने हरेक फील्ड दे विच है रिकॉर्ड बनाउण दी लोड़ ही नहीं हां जी ये आप रिकॉर्ड है साडी मां ज्यादा जागदा रिकॉर्ड है तुसीं एक चीज देखो जंगल सारी बैठी है एडे एडे जंगल इना फ्रूट लगता कौन पानी दे के आंदा कल परसों कोई बंदे ने कुछ अपने प्रोफेशनल बंदे जेडे हिमाचल च लंघ जांदे इन्हां दिनां च जदों बर्फ खुरदी है ना थल्लों बहुत खजाने निकलदे बिल्कुल एक बंदा 50 किलो गुच्छी इकट्ठी करी बैठा है गुच्छी गुच्छी एक जंगली मशरूम है जो बर्फ खुर जाती है थलो निकल आती है जंगली मशरूम हाँ खुंब खुंब हाँ हाँ खुंब ही हो गया उसका की मुल होगा जी अज 50,000 रुपए की किलो है उसकी खासियत जी खासियत पौष्टिक बहुत ज्यादा होंगी है बहुत बड़े लोग खाते हैं महंगा साधु मानत साधु संत महात्मा खाते हैं जेडे लग्जरी चीजा आ गई मतलब के उदे गुण भी है औषधि गुण ने बिमारियां भी दूर कर दी ने ये चीजा ते ओ बंदा 50 किलो एक बंदा इकट्ठी कर लिया वो कल परसों पाई जांदा सी व्हाट्सएप ते भी मैं 50 किलो गुच्छी बेचनी है किन्ने दी होगी जी की रेट में 50,000 रुपये नूं 50,000 नूं 25 लाख दी हां 25 लाख दी 25 लाख दी एक जंगल चो चुग लिया 1 किले दा मुल्ल है 1 किला चुग लिया खेती करी खेती नाल ही जुड़िया रहा हुण तक चलो हुण 2 साल दा लैण बदल ली हजे भी ओह लैण च डुब्या होया गा हजे भी पंजाब वास्ते तोहफे सामी बैठा गा तोहफे ने जो इहदे यार दोस्त मित्र ने उहनां नूं देऊगा सारिआं नूं ओह गल तां नहीं असीं कोई शेयर करांगे भी तोहफा की हैगा मात्रा वध लैंदियां बिल्कुल इस गल नूं मन्नना पऊगा भी खाद की मात्रा वध लैंदियां ने खाद दे विच मात्रा तां इन्हां नूं वध लैणी पै रही है भी खाद आपां जमीन चूस ली ठीक है सोनू यानी आपां जमीन नूं कोई मलण नहीं दे रहे तां खराक वध लैणी हां नशेड़ी बनाओ इहनूं नशेड़ी ना बनाओ इहनूं जिहड़ा जैविक मादा इहदी लाग नूं इहदे विच मिला दिओ आका है इह नेचर नूं मचाओ ना इह इहदा पुत्ता इहदा पुत्ता है इहनूं इहदी गोदी च सांभ दिओ हां पराली सामो मेनू कोई बंदा भी किते ना किते कहिंदा अग लाई हुई चंगी आ सवाह च भी तत्त हुंदे ने इक असीं आ बन के बाहर नूं भेजण लग गए विचों पराली बन के बाहर तोड़ दिंदे ओहदे बारे फिर तुसीं की नहीं देखो मैं हरेक चीज का आपदा महत्व है पराली संख्या च बहुत ज्यादा हो जाती है जे आपां बन के किसी नूं देवांगे वो लेके जाणगे वो एक की काम आऊगी मलचिंग दे काम आऊगी ठीक है फसलां आलू है होर है आपां ऐ सीधे रख के उत्ते दी मलचिंग कर दीए उहदे नाल जमीन की नमी बनी रहिंदी है घट पानी दे नाल फसल का पैदावार आपां लै सकदे नहीं तां तेल वाला कहिंदा मतलब जिहड़े लोक फिर फूकणगे इहनूं पराली कढ़ना भी किते ना किते वाहन चो बाहर मूर्खता ही है फिर हां कह सकदे आ मैं जिहड़ा आपदा देखा सिस्टम जिथे
ਪਲਾਉ ਵਾਲੇ ਪਲਟਾਵੇਂ ਹਲ ਲੱਗਦੇ ਆ ਜਿੱਥੇ ਹਾਂ ਵਿੱਚੇ ਦੱਬ ਦਿੰਦੇ ਆ ਪਰਾਲੀ ਨੂੰ, ਠੀਕ ਹੈ ਨਾ ਜੀ। ਮੈਂ ਹੋਰ ਫਸਲ ਦੇ ਵਿੱਚ ਤਾਂ ਕਿਉਂਕਿ ਲੋਕ ਇਹ ਪ੍ਰੈਕਟਿਸ ਕਰਦੇ ਨੇ ਜੀ, ਜੇ ਜਿਹਨੇ ਕਣਕ ਝੋਨੇ ਦਾ ਕਰਨਾ ਉਹ ਇੰਨਾ ਖਰਚਾ ਨਹੀਂ ਕਰਦਾ। ਮੈਂ ਆਲੂਆਂ ਦੇ ਵਿੱਚ ਮੈਂ ਲਿਖ ਕੇ ਦੇ ਦਿੰਦਾ ਤੁਹਾਨੂੰ 100 ਗੱਟਾ ਵੱਧ ਨਿਕਲਦਾ ਪਰਾਲੀ ਵਿੱਚ ਰੱਖ ਕੇ ਆਲੂ ਬੀਜਦਾ। ਅਸੀਂ ਉਹਨਾਂ ਨੂੰ ਪੁੱਛਿਆ ਵੀ ਬਾਹਰ ਕੱਢ ਦੋ ਯਾਰ, ਇੰਨਾ ਤੇਲ ਫੂਗਾ ਸਾਡੇ ਆਲੂ ਨੀ ਹੋਣਾ। ਜੇ ਅਸੀਂ ਪਰਾਲੀ ਨਾ ਰੱਖੀ ਸਾਡੇ ਆਲੂ ਨੀ ਹੋਣਾ। ਦੇਖੋ ਮੁੰਡੇ ਆ ਗੁਰਪ੍ਰੀਤ ਅਰ ਗਏ ਆ, ਬਿਲਕੁਲ ਉਹ ਛੋਟੀ ਛੋਟੀ ਖੇਤੀ ਕਰਦੇ ਹੁੰਦੇ ਸੀ, ਬਹੁਤ ਪੁਰਾਣਾ ਰਿਸ਼ਤਾ ਗਾ। ਅਸੀਂ ਮੈਂ ਆਪਾਂ ਕਦੇ ਹੁਣ ਅੱਜ ਕੱਲ ਤਾਂ ਗਿਆਨ ਵੇਚਿਆ ਜਾਂਦਾ, ਬਿਲਕੁਲ ਪ੍ਰੀਮੀਅਮ। ਹਾਂ ਗਿਆਨ ਆਪਾਂ ਵੇਚਦੇ ਨੀ, ਨੋਰਮਲ ਗੱਲਾਂ ਕਰੋ। ਜ਼ਮੀਨ ਨੂੰ ਜ਼ਮੀਨ ਦੀ ਤਰ੍ਹਾਂ ਦੇਖੋ ਵੀ ਇਹ ਸਾਡੀ ਮਾਂ ਹੈ। ਸੋ ਤੁਸੀਂ ਹਰੇਕ ਚੀਜ਼ ਨੂੰ ਦੇਖੋਗੇ, ਹਰੇਕ ਕਣ ਚੋਂ, ਹਰੇਕ ਗੱਲਬਾਤ ਚੋਂ ਤੁਹਾਨੂੰ ਕੁਛ ਨਾ ਕੁਛ ਲੱਭੂਗਾ। ਲੱਭੂਗਾ, ਬਿਲਕੁਲ ਜੀ। ਹਾਂ ਆਹ ਬੂਟਾ ਖੜਾ ਹੈ ਭਰਿੰਡੀ ਦਾ, ਇਹ ਆਪੇ ਉੱਗਿਆ ਆ। ਦੋ ਤਿੰਨ ਬੂਟੇ ਆਹ ਖੜੇ ਨੇ, ਦੋ ਤਿੰਨ ਬੂਟੇ। ਮੈਨੂੰ ਇਹਨਾਂ ਦੀ ਪਛਾਣ ਸੀ ਵੀ ਇਹ ਭਿੰਡੀ ਹੈ। ਮੈਂ ਨਹੀਂ ਵੱਢੀ, ਚਾਹੇ ਚੋਂ ਮੈਂ ਇੱਕ ਤੋੜਨਾ ਚਾਹੇ ਦੋ ਤੋੜਨਾ, ਜਦੋਂ ਲੱਗਣਗੀਆਂ ਦੇਖੀ ਜਾਊ। 20 ਵਾਰੀ ਵੱਢਦੀ ਫਿਰ ਹਰੀ ਹੋ ਜਾਂਦੀ ਹੈ, ਚੱਕ ਲਿਆ ਫਰੂਟ ਇਹਨੇ। ਹਾਂ ਉਹ ਵੱਖਰਾ ਮੈਟਰ ਹੈ ਯਾਰ, ਉਦਾਹਰਨ ਹੈ ਵੀ ਆਹ ਬੂਟੇ ਦੀ ਪਛਾਣ ਹੀ ਨਹੀਂ ਹੈਗੀ ਤੁਹਾਨੂੰ, ਤੁਸੀਂ ਸਾਂਭੋਗੇ ਕਿਵੇਂ? ਬਿਲਕੁਲ, ਜ਼ਮੀਨ ਨੂੰ ਪੜ੍ਹੋ, ਆਪਦੀ ਮਾਂ ਨੂੰ ਤਾਂ ਪੜ੍ਹ ਲਓ ਜੀ। ਹਰ ਚੀਜ਼ ਜੋ ਇੱਥੇ ਪੈਦਾ ਹੁੰਦੀ ਹੈ ਹਰ ਚੀਜ਼ ਗੁਣਕਾਰੀ ਹੈ। ਤੇ ਇੱਕ ਸਵਾਲ ਅੱਗੇ ਦੀ ਅੱਗੇ ਸਵਾਲ ਪੁੱਛੂਗਾ, ਜਿਹੜਾ ਮੈਨੂੰ ਵੀ ਸਵਾਲ ਨੇ ਥੋੜਾ ਚੱਕਰਾਂ ਚ ਪਤਾ ਸੀ, ਮੇਰੇ ਨੌਲੇਜ ਤੋਂ ਬਾਹਰ ਹੋ ਗਈ ਸੀ ਗੱਲ, ਕਿਉਂਕਿ ਯੂਟਿਊਬ ਤੇ ਜਿੰਨੇ ਸਾਨੂੰ ਦੇਖਣ ਵਾਲੇ ਨੇ ਉਹਨਾਂ ਦੇ ਕੋਲੇ ਆਪਣੇ, ਮੈਨੂੰ ਲੱਗਦਾ ਆਪਣੇ ਤੋਂ ਹੀ ਵੱਧ ਖਜ਼ਾਨਾ ਪਿਆ ਹੁੰਦਾ ਕਿਸੇ। ਹਾਂਜੀ ਹਾਂ ਬਿਲਕੁਲ। ਤੇ ਮੈਨੂੰ, ਮੈਂ ਬਠਿੰਡੇ ਜਾ ਰਿਹਾ ਸੀ ਬੱਸ ਸਟੈਂਡ ਵੱਲ ਤੁਰਿਆ ਤੇ ਮੈਨੂੰ ਫੋਨ ਆਇਆ ਤੇ ਉਹ ਬਾਈ ਕਹਿੰਦਾ ਬਾਈ ਪਰਾਲੀ ਨੂੰ ਅਸੀਂ ਬੇਲਰ ਨਾਲੋਂ ਚੁਕਾਉਣ ਨਾਲੋਂ ਤਾਂ ਖੇਤ ਚ ਅੱਗ ਲਾਉਣਾ ਵਧੀਆ ਸਮਝਦੇ ਹਾਂ, ਕਿਉਂਕਿ ਕਹਿੰਦਾ ਸਿਰਫ ਸਲਫਰ ਬਚਦਾ ਵੀ ਬਾਕੀ ਤੱਤ ਰਹਿ ਜਾਂਦੇ ਨੇ, ਉਹਦੇ ਬਾਰੇ ਕੀ ਖਿਆਲ? ਗਲਤ ਗੱਲ ਹੈ ਜੀ। ਦੇਖੋ ਜਿਹੜੀ ਜਿਹੜੀ ਸਵਾਹ ਹੈ, ਹਾਂਜੀ, ਆਮ ਤੌਰ ਤੇ ਮੈਂ ਹੋਰ ਕਿਸੇ ਫਸਲ ਤੇ ਤਾਂ ਨਹੀਂ ਵਰਤੀ, ਮੈਂ ਪਿਆਜ਼ ਦੇ ਵਿੱਚ, ਲਸਣ ਦੇ ਵਿੱਚ, ਹਾਂਜੀ, ਹਲਕੀ ਗੋਡੀ ਕਰਕੇ ਜਾਂ ਪਨੀਰੀ ਚ ਪਾਣੀ ਲਾ ਕੇ, ਹਾਂ ਪਨੀਰੀ ਚ, ਝੋਨੇ ਦੀ ਪਨੀਰੀ ਦੇ ਵਿੱਚ ਵੀ ਵਰਤੀ ਹੈ। ਉੱਥੇ ਆਈ ਉੱਥੇ ਉਹ ਆਮ ਤੌਰ ਤੇ ਆਪਾਂ ਭੱਠੇ ਦੀ, ਹਾਂਜੀ, ਜਾਂ ਆਪਾਂ ਸ਼ੈਲਰ ਦੀ ਸਵਾਹ ਲਿਆਉਣੀ ਆ ਜਾਂ ਗੋਹੇ ਵਾਲੀ ਪਾਥੀਆਂ ਦੀ, ਬਹੁਤ ਘੱਟ, ਹਾਂ ਉਹ ਘੱਟ ਹੀ ਮਿਲਦੀ ਹੈ ਜੀ। ਉਹ ਪਿੰਡਾਂ ਚ ਤਾਂ ਹਜੇ ਵੀ ਮਿਲਦੀ ਹੈ, ਘੱਟ ਹੀ ਹੁੰਦੀ ਹੈ, ਘੱਟ ਹੀ ਹੁੰਦੀ ਹੈ, ਕਿਉਂ ਹਰੇਕ ਘਰ ਗੈਸ ਆ ਗਿਆ ਜੀ, ਐਲਪੀਜੀ ਆ ਗਿਆ, ਗੋਹੇ ਆ ਗਿਆ। ਹਾਂ ਵੀ ਜਿਹੜੀ ਇਹ ਸਵਾਹ ਹੈ, ਹਾਂਜੀ, ਇਹਦੇ ਵਿੱਚ ਸਲਫਰ ਹੁੰਦਾ। ਅੱਛਾ, ਉਹ ਜਿਹੜੇ ਬੰਦੇ ਨੇ ਤੁਹਾਨੂੰ ਕਿਹਾ ਨਾ ਵੀ ਸਲਫਰ ਮੱਚ ਜਾਂਦਾ ਬਾਕੀ ਰਹਿ ਜਾਂਦਾ, ਨਹੀਂ ਨਹੀਂ ਇੱਕ ਤੱਤ ਕਿਹਾ ਦੀ ਪਤਾ ਨਹੀਂ ਕਿਹੜਾ, ਨਹੀਂ ਕੱਲਾ ਸਲਫਰ ਰਹਿ ਜਾਂਦਾ ਜੀ, ਉਹ ਕੱਲਾ ਸਲਫਰ ਰਹਿ ਜਾਂਦਾ, ਬਾਕੀ ਸਭ ਕੁਝ। ਹਾਂ ਇਹ ਜਿਹੜੀਆਂ ਜ਼ਮੀਨ ਦੋਜ ਫਸਲਾਂ, ਹਾਂਜੀ, ਉਹਨਾਂ ਵਾਸਤੇ ਸਵਾਹ ਇੱਕ ਖਜ਼ਾਨਾ, ਜਿਹੜੀਆਂ ਜ਼ਮੀਨ ਦੇ ਥੱਲੇ ਹੁੰਦੀਆਂ, ਆਲੂ, ਗੰਢਾ, ਪਿਆਜ਼, ਮੂਲੀ, ਜੇ ਹਲਕੀ ਹਲਕੀ ਗੋਡੀ ਕਰਕੇ ਫੇਰ ਪਾ ਕੇ ਉਤੋਂ ਦੀ ਪਾਣੀ ਲਾ ਦੇਣਗੇ। ਜਿਹੜੇ ਅਨਾਜ ਆ ਗਏ ਜਿਵੇਂ ਕਣਕ, ਝੋਨਾ, ਮੂੰਗੀ, ਨਹੀਂ ਉਹਨਾਂ ਉਹਨਾਂ ਦੇ ਫਟਾਰੇ ਲਈ ਬਹੁਤ ਵਧੀਆ, ਉਹਨਾਂ ਦੇ ਫਟਾਰੇ ਲਈ ਵਧੀਆ। ਹਾਂ ਕਿਉਂਕਿ ਪਹਿਲੀ ਪਹਿਲੀ ਸਟੇਜ ਹੈ ਨਾ ਜਿਹੜੀ, ਉੱਥੇ ਜੇ ਪਾਈ ਜਾਵੇ ਸਵਾਹ ਫਟਾਰੇ ਲਈ ਵਧੀਆ, ਪਰ ਉਹ ਸਵਾਹ ਇਹ ਨਹੀਂ ਹੈ ਵੀ ਆ ਨਦੀਨਾਂ ਦੀ ਸਵਾਹ ਹੋਵੇ, ਹਾਂਜੀ, ਜਾਂ ਪਰਾਲੀ ਦੀ ਸਵਾਹ ਹੋਵੇ, ਜਾਂ ਪਰਾਲੀ ਦੀ ਸਵਾਹ ਹੋਵੇ, ਇਹ ਨਹੀਂ ਮੈਂ ਕਹਿ ਸਕਦਾ ਨਾ ਇਸ ਮਸਲੇ ਤੇ ਆਪਣੀ ਕੋਲੇ ਕੋਈ ਖੋਜ ਹੈ। ਪਰ ਜਿਹੜੀ ਅਸੀਂ ਭੱਠੇ ਤੋਂ ਲਿਆ ਕੇ ਸਵਾਹ ਪਾਉਂਦੇ ਸੀ ਜਾਂ ਸ਼ੈਲਰਾਂ 'ਚ ਲਿਆ ਕੇ ਪਾਉਂਦੇ ਸੀ, ਉਹ ਗੁਣਕਾਰੀ ਸੀਗੀ, ਠੀਕ ਹੈ ਨਾ ਜੀ। ਤੇ ਸਵਾਲ ਦਾ ਸਿੱਟਾ ਕੱਢੀ, ਹੁਣ ਮੈਂ ਤੁਹਾਨੂੰ ਇੱਕੋ ਹੀ ਸਵਾਲ ਪੁੱਛੂਗਾ, ਇਹਦਾ ਉਸੇ 'ਚ ਹੀ ਹੱਲ ਹੋ ਜੂ। ਹਾਂਜੀ, ਤੁਹਾਡਾ ਖੇਤ ਹੈ, ਹਾਂਜੀ, ਤੁਹਾਡੇ ਚੋਂ ਤੁਹਾਡੇ ਲਵੇ ਦੋ ਹੀ ਆਪਸ਼ਨਾਂ ਨੇ ਹੁਣ, ਤੁਸੀਂ ਆਪਦੀ ਰਾਇਤਾ ਦੇਣੀ ਨਹੀਂ ਮੈਨੂੰ। ਹਾਂਜੀ, ਵੀ ਜਾਂ ਤਾਂ ਬੇਲਰ ਨਾਲ ਗੰਢਾ ਬਣਾ ਕੇ ਚੁਕਾ ਦਿਓ, ਹਾਂਜੀ, ਜਾਂ ਡੱਬੀ ਲਾ ਦਿਓ, ਤੁਸੀਂ ਕਿਹੜੀ ਚੂਜ਼ ਕਰੋਗੇ? ਦੇਖੋ ਜੀ, ਬੇਲਰ ਨਾਲ ਜੇ ਚੁਕਾਓਗੇ ਕੁਛ ਦੋ ਪੈਸੇ ਘਰੇ ਆਉਣਗੇ, ਡੱਬੀ ਲਾ ਕੇ ਕੀ ਆਊਗਾ? ਵੀ ਉਹ ਤੱਤਾਂ ਦਾ ਫਾਇਦਾ ਨਹੀਂ ਹੋਣਾ? ਨਾ, ਠੀਕ ਹੈ, ਉਹਨਾਂ ਨਹੀਂ ਜੀ, ਤੇ ਜਿੰਨਾ ਤੁਸੀਂ ਉਹ ਮਚਾਤਾ, ਹਾਂਜੀ, ਉਹਨੇ ਦਾ ਤਾਂ ਤੱਤ ਤੁਸੀਂ ਬਾਜ਼ਾਰ ਚੋਂ ਲੈ ਕੇ ਸਸਤਾ ਪਾ ਲਓ। ਜੇ ਤੁਸੀਂ ਜਮੇ ਹੀ, ਮੈਂ ਛੋਡੇ ਤੇ ਛੱਡਦਾ ਗੱਲ, ਵੀ ਕਿਵੇਂ ਕਰੋਗੇ ਫੇਰ?
देखो जे मैं आलू दी जा, जे तो मैं उस खेत चो अगले बार फसल लेनी है, जे कणक लेनी है, हाँ फिर भी मैं बिच बह दूंगा, बिच बहू ਔਰਗੈਨਿਕ ਮੈਟਰ ਆ ਉਹ ਇੱਕ ਵਿਚੋਲੇ ਦਾ ਕੰਮ ਕਰਦਾ ਬੂਟੇ ਵਾਸਤੇ, ਜਿਹੜੀ ਤੁਸੀਂ ਖੁਰਾਕ ਪਾਉਣੇ ਹੋ ਜੇ ਉਹ ਤੁਹਾਡੇ ਜ਼ਮੀਨ 'ਚ ਬਰਾਬਰ ਹੋਊਗਾ ਤਾਂ ਬੂਟਾ ਚੱਕੂ, ਨਹੀਂ ਬੂਟਾ ਚੱਕਦਾ ਨਹੀਂ, ਬਿਲਕੁਲ ਆਹੀ ਗੱਲ ਹੈ ਨਾ, ਬਿਲਕੁਲ ਜੀ ਬਿਲਕੁਲ, ਵੀ ਜੇ ਉਹਦਾ ਪੀਐਮਐਚ ਲੈਵਲ ਵੱਧ ਘਟ ਗਿਆ ਤਾਂ ਤੁਸੀਂ ਰਸਾਇਣਿਕ ਖਾਦਾਂ ਦਾ ਲਾ ਲਿਓ, ਜੋਰ ਬੂਟਾ ਲੈਂਦਾ ਨਹੀਂ, ਬੂਟਾ ਲੈਂਦਾ ਨਹੀਂ, ਜੇ ਔਰਗੈਨਿਕ ਮਾਦਾ ਬਰਾਬਰ ਆ ਫਿਰ ਉਹ ਬੂਟਾ ਘੱਟ ਨਾਲ ਵੀ ਸਾਰ, ਬੂਟਾ ਘੱਟ ਨਾਲ ਵੀ ਸਾਰ ਲੂਗਾ। ਫਿਰ ਇੱਕ ਗੱਲ ਹੋਰ ਹੈ, ਜਿਹੜੀ ਆਪਾਂ ਫਸਲ ਉਗਾਉਣੇ ਆ ਕਣਕ ਤੇ ਝੋਨਾ, ਹਾਂਜੀ, ਇਹਦੇ ਵਿੱਚ ਸਭ ਤੋਂ ਮੇਜਰ ਤੱਤ ਜਿਹੜਾ ਬੂਟਾ ਕੰਜ਼ਿਊਮ ਕਰਦਾ ਖਾਂਦਾ ਜ਼ਮੀਨ ਚੋਂ, ਹਾਂਜੀ, ਤੁਸੀਂ ਕਿਹੜਾ ਸਮਝਦੇ ਹੋ ਸਭ ਤੋਂ ਵੱਧ ਤੱਤ ਕਿਹੜਾ ਲੈਂਦਾ ਬੂਟਾ? ਨਹੀਂ ਦਿੰਨੇ ਤਾਂ ਆਪਾਂ ਸਭ ਤੋਂ ਵੱਧ ਨਾਈਟ੍ਰੋਜਨ, ਨਾਈਟ੍ਰੋਜਨ ਫਾਸਫੋਰਸ ਪੋਟਾਸ ਆਪਾਂ ਦਿੰਨੇ ਆ ਨਾ, ਹਾਂਜੀ, ਜ਼ਮੀਨ ਚ ਕੁਦਰਤੀ ਤੌਰ ਤੇ ਪਈ ਆ ਜਿਹੜੀ ਚੀਜ਼, ਕੁਦਰਤੀ ਤੌਰ ਤੇ ਤਾਂ ਫਿਰ ਬਾਈ ਕੁਦਰਤੀ ਤੌਰ ਤੇ ਸਾਰੇ ਤੱਤ ਚਾਹੀਦੇ ਨੇ ਉਹਨੂੰ ਜਿੰਨੇ ਹੁੰਦੇ ਨੇ, ਸਭ ਤੋਂ ਵੱਧ ਖਪਤ ਹੈ ਜਿਹੜੀ ਉਹ ਕਿਹੜੇ ਦੀ ਆ? ਪੋਟਾਸ ਦੀ। ਅੱਛਾ, ਤਕਰੀਬਨ ਸਾਡੀ ਪੰਜਾਬ ਦੀ ਧਰਤੀ ਚ, ਉੱਤਰੀ ਭਾਰਤ ਦੀ ਧਰਤੀ ਚ ਇੰਨੀ ਪੋਟਾਸ਼ ਪਈ ਹੈ, ਚਾਹੇ ਕੋਈ ਵੀ ਫਸਲ ਹੋਵੇ, ਕਣਕ ਤੇ ਝੋਨਾ ਦੋਨੇ ਫਸਲਾਂ ਜੇ ਆਪਾਂ ਬੀਜਦੇ ਹਾਂ, ਦੋ ਫਸਲਾਂ, ਹਾਂਜੀ, 13 ਕੁਇੰਟਲ ਤੱਕ ਪੋਟਾਸ਼ ਜ਼ਮੀਨ ਚੋਂ ਖਾਂਦੇ ਆ, ਚਾਹੇ ਕੋਈ ਵੀ ਫਸਲ ਹੋਵੇ, ਹਰੇਕ ਪੌਦਾ ਵੀ ਪੋਟਾਸ਼ ਵੱਧ ਲੈਂਦਾ, ਹਾਂ, ਜਾਂ ਇਕੱਲੇ ਅਨਾਜ, ਨਹੀਂ ਜਿਹਨੇ ਅਨਾਜ ਬਣ, ਜਿਹਦੋਂ ਰੂਹ, ਮੈਂ ਕਣਕ ਤੇ ਝੋਨੇ ਦੇ ਫਸਲੀ ਚੱਕਰ ਚ ਕਹਿਣਾ ਜੀ, ਕਣਕ ਦਾ ਤੇ ਝੋਨੇ ਦਾ ਜਿਹੜਾ ਫਸਲੀ ਚੱਕਰ ਹੈ ਉਹ 1 ਸਾਲ ਦੇ ਵਿੱਚ ਜ਼ਮੀਨ ਚੋਂ 13 ਕੁਇੰਟਲ ਪੋਟਾਸ਼ ਖਾਂਦਾ। ਫਿਰ ਉਹ ਪੋਟਾਸ਼ ਦੀ ਜਿਹੜੀ ਮਾਤਰਾ ਕਿਵੇਂ ਪੂਰਤੀ ਕਿਵੇਂ ਹੋਊ? ਪੂਰੀ ਹੈ ਜ਼ਮੀਨ ਨੂੰ, ਮਾਂ ਹੈ ਇਹਦੇ ਕੁਦਰਤੀ, ਪੂਰੇ ਵਿੱਚ ਸਾਰਾ ਕੁਝ ਹੀ ਪਿਆ, ਜਿਹੜਾ ਕੁਝ ਆਪਾਂ ਨੂੰ ਆਲੂ ਲਾਉਣੇ ਆ ਆਪਾਂ ਜਾਂ ਹੋਰ ਆ ਉਹ ਚ ਆਪਾਂ ਥੱਲੇ ਪਾਉਣੇ ਆ ਪੋਟਾਸ਼, ਜਾਂ ਆਪਾਂ ਝੋਨੇ 'ਚ ਵੀ ਪਾ ਦਿੰਦੇ ਹਾਂ 20-25 ਕਿਲੋ ਪੋਟਾਸ਼, ਉਹ ਸਾਨੂੰ ਪਾ ਦੇਣੀ ਚਾਹੀਦੀ ਹੈ, ਹਾਲਾਂਕਿ ਜ਼ਮੀਨ 'ਚ ਇੰਨੀ ਪਈ ਹੈ। ਕਾਰਨ ਉਹਦਾ ਇਹ ਹੈ ਵੀ ਜੇ ਜ਼ਮੀਨ 'ਚੋਂ ਤੁਸੀਂ ਪੋਟਾਸ਼ ਖਤਮ ਕਰ ਲਈ ਇੰਨੀ ਦਿੱਤੀ ਨਹੀਂ ਜਾਣੀ, ਕੋਈ ਫਸਲ ਹੀ ਨਹੀਂ ਹੋਣੀ। 13 ਕੁਇੰਟਲ 26 ਬੋਰੀਆਂ ਕਿਹੜਾ ਕਿਸਾਨ ਹੈ ਜਿਹੜਾ 1 ਸਾਲ ਦੇ ਵਿੱਚ ਪੋਟਾਸ਼ ਪਾ ਕੇ ਜ਼ਮੀਨ ਦਾ ਖਰਚਾ ਪੂਰਾ ਕਰ ਲੂ? ਮਲੰਗ ਕਰ ਦੂਗਾ? ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਇਸ ਲਈ 1 ਬੋਰੀ 3 ਕਿੱਲਿਆਂ ਤੇ, 1.5 ਤੋਂ 2 ਮਤਲਬ ਕਿ 25 ਕਿਲੋ 20 ਕਿਲੋ ਲਾ ਲਓ। ਹਾਂ ਦੇਖੋ ਮੈਂ ਇਹ ਗੱਲ, ਕਿੰਨੀ ਕਣਕ 'ਚ? 20 ਕਿਲੋ ਪਾ ਲਓ, ਠੀਕ ਹੈ। ਦੇਖੋ ਇਹਨੂੰ ਜੇ ਆਪਾਂ ਯੂਨੀਵਰਸਿਟੀ ਦੇ ਤੌਰ ਤੇ ਦੇਖਾਂਗੇ ਜਾਂ ਜਿਹੜੇ ਖੇਤੀ ਮਾਹਰ ਨੇ ਉਹ ਇਹਨੂੰ ਫਜ਼ੂਲ ਖਰਚੀ ਕਹਿਣਗੇ, ਬਿਲਕੁਲ, ਪਰ ਮੈਂ ਇਹਨੂੰ ਫਜ਼ੂਲ ਖਰਚੀ ਤਾਂ ਨਹੀਂ ਮੰਨਦਾ ਵੀ ਬੂਟੇ ਨੂੰ ਜਿੰਨੀ ਕੁ ਲੋੜ ਹੈ ਆਪਾਂ 20 ਕਿਲੋ ਪਾਤੀ ਉਹਨੇ 19 ਕੁ ਲੈ ਲਈ ਉੱਤੋਂ ਉੱਤੋਂ, ਪਰ ਜੇ ਉਹ ਸਾਰੇ ਆਪਾਂ ਉਹਨੂੰ ਜ਼ਮੀਨ ਤੇ ਡਿਪੈਂਡ ਕਰਤਾ ਵੀ ਜ਼ਮੀਨ 'ਚੋਂ ਹੀ ਲੈ ਅਸੀਂ ਨਹੀਂ ਤੈਨੂੰ ਦੇਣੀ, ਤਾਂ ਫਿਰ ਇੰਨੀ ਦੇਣੀ ਕਿਸਾਨ ਦੇ ਲੌਜਿਕ ਦੀਆਂ ਗੱਲਾਂ ਮਿਲਣੀਆਂ ਨੇ, ਕੰਮ ਆਉਣ ਵਾਲੀਆਂ ਨੇ। ਰਿੰਟਾ ਗਰਗ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਟਾਈਮ ਦਿੱਤਾ, ਧੰਨਵਾਦ ਜੀ, ਬਹੁਤ ਬਹੁਤ ਚਲੋ ਠੀਕ ਆ।